ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸ਼ੇਅਰ ਕਰ ਦਿਓ ਕਰਤੂਤ ਹੈ ਜਿਹੜੀ ਮੈਂ ਆਹਾ ਫੋਕੇ ਅਖੋਤੀ ਇਨਕਲਾਬੀ ਦੀ ਦੱਸਣ ਲੱਗਿਆ ਕੱਲ ਨੂੰ 1 ਨਵੰਬਰ ਸੀ ਬੜੇ ਦਿਨਾਂ ਦਾ ਥਾਪੀਆਂ ਜੀਆਂ ਮਾਰੀ ਜਾਂਦਾ ਸੀ 1 ਨਵੰਬਰ ਨੂੰ ਫਲਾਣੇ ਦੀ ਕੁਰਸੀ ਇੱਥੇ ਫਲਾਣੇ ਨੂੰ ਪੀ ਜਾ ਫਲਾਣੇ ਨੂੰ ਆ ਫਲਾਣੇ ਨੂੰ ਆ ਉਹ ਸਾਡੇ ਵਾਲਾ ਝੋਟਾ ਕੱਲ੍ਹ ਹੀ ਜਿਹਦਾ ਨਾਂ ਲੱਖਾ ਸਿਧਾਣਾ ਉਹ ਕੱਲੇ ਦੀ ਸਵਾਲਾਂ ਦੇ ਜਵਾਬ ਦੇ ਦੇ ਬਾਕੀ ਤਾਂ ਗੱਲਾਂ ਹੀ ਛੱਡ ਦੇ ਉਹ ਤਾਂ ਚੋਰ ਨੇ ਸਾਰੇ ਲੁਟੇਰੇ ਨੇ ਪੰਜਾਬ ਨੂੰ ਲੁੱਟਿਆ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕੌਣ ਚੋਰ ਹੈ ਕੌਣ ਸਹੀ ਹੈ ਉਹਨਾਂ ਨੇ ਖੂੰਜੇ ਚਲਾ ਰੱਖੇ ਨੇ ਬਾਦਲ ਕੇ ਵੀ ਤੇ ਕਾਂਗਰਸੀ ਵੀ ਤੇ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ ਉਹਨਾਂ ਦੇ ਘਰਾਂ ਨੂੰ ਪੁਲਿਸ ਨੇ ਕੇਰਾ ਪਾ ਲਿਆ ਲੋ ਜੀ ਮੈਂ ਗੱਲ ਦੱਸਣ ਲੱਗਿਆ ਕਿ ਬਾਈ ਲਖੇ ਸਿੰਘ ਸਿਧਾਣੇ ਦੇ ਘਰ ਦੇ ਆਲੇ-ਦਾਲੇ ਪ੍ਰਸ਼ਾਸਨ ਖੜ ਗਿਆ ਕਿਉਂ ਖੜ ਗਿਆ ਕਿਉਂਕਿ ਆ ਇਨਕਲਾਬੀ ਦੀ ਡਿਬੇਟ ਸੀ ਕੱਲ ਨੂੰ 1 ਨਵੰਬਰ ਨੂੰ 1 ਨਵੰਬਰ ਵਾਲੀ ਡਿਬੇਟ ਦੇ ਵਿੱਚ ਆ ਲੱਖਾ ਸੁਧਾਨਾ ਨਾ ਪਹੁੰਚ ਸਕੇ ਇਸ ਕਰਕੇ ਉਹਨੂੰ ਪੁਲਿਸ ਤੋਂ ਜਾਂ ਗ੍ਰਿਫਤਾਰ ਵੀ ਕਰਾਇਆ ਜਾ ਸਕਦਾ ਹੈ ਜਾਂ ਉਹਨੂੰ ghera પા ਕੇ ਉੱਥੇ ਰੱਖਿਆ ਜਾ ਸਕਦਾ ਹੈ ਘਰੇ ਹੁਣ ਕਿੱਧਰ ਗਿਆ ਇਨਕਲਾਬ ਆ ਗਿਆ ਬਦਲਾ ਕਹਿੰਦਾ ਸੀ ਮੈਂ ਤਾਂ ਲੋਕਾਂ ਦੇ ਜਵਾਬ ਦਿਆਂ ਕਰੂੰ ਲੋਕਾਂ 'ਚ ਆਜਿਆ ਕਰੂੰ ਆ ਹੁਣ ਮੈਦਾਨ 'ਚ ਮਾਰਦਿਆ ਥਾਪੀਆਂ ਓਵੇਂ ਖੱੱਚਾਂ ਨੂੰ ਕਹਦਾ ਓਏ ਖੱੱਚਾਂ ਨੂੰ ਆ ਜਿਹੜੀਆਂ ਖੱੱਚਾਂ ਨਾ ਪਾਉਂਦੀਆਂ ਹੁੰਦੀਆਂ ਨੇ ਪੋਸਟਾਂ ਜਾਂ ਪਾਈਆਂ ਜਾਂ ਬੋਲਦੀਆਂ ਹੁੰਦੀਆਂ ਨੇ ਪੰਜ ਸੱਤ ਖੱੱਚਾ ਝੜੂਆਂ ਵਾਲੀਆਂ ਹੁਣ ਕਉ ਫੁੱਫੜ ਤੋਂ ਡਰ ਲੱਗਦਾ ਕਹੋ ਆਪਦੇ ਇਨਕਲਾਬੀ ਨੂੰ ਵੀ ਛੱਡੋ ਸਾਡੇ ਵਾਲੇ ਯੋਧੇ ਨੂੰ ਜੇ ਨਾ ਪਦੀਨਾ ਪਾ ਕੇ ਲਿਆਵੇ ਉਥੋਂ ਤੁਸੀਂ ਕਹਿੰਦੇ ਸੀ ਲੱਖਾਂ ਨਾ ਤਿੰਨਾਂ ਚ ਨਾ 13 ਚ ਇਹ ਉਹੀ ਆਉਦੇ ਆਪੀ ਆਉਣ ਨੂੰ ਫਿਰਦਾ ਹੁਣ ਕਿਉਂ ਘੇਰਾ ਪਾਇਆ ਆ ਲੈਣ ਤੋਂ ਫਿਰ ਜਿਹੜਾ ਬੰਦਾ ਆਉਂਦਾ ਸੀ ਓਏ ਆਹੀ ਇਨਕਲਾਬ ਹੈ ਤੁਹਾਡੇ ਕੋਲੇ ਖੱਚਾ ਮਾਰ ਸਕਦੇ ਹੋ ਖੱਚਾ ਭੋਰ ਸਕਦੇ ਹੋ ਹੋਰ ਤੁਹਾਡੇ ਪੱਲੇ ਦੱਲੇ ਕੱਖ ਨਹੀਂ ਪੱਲੇ ਦੱਲੇ ਕੱਖ ਨਹੀਂ ਜੇ ਜੁਰਤ ਸੀ ਤਾਂ ਜਵਾਬ ਦਿੰਦਾ ਥਾਪੀਆਂ ਮਾਰਦਾ ਅਗਲਾ ਕਹਿੰਦਾ ਵੀ ਮੇਰੇ ਸਵਾਲਾਂ ਦੇ ਜਵਾਬ ਦੇ ਤੇ ਤੁਸੀਂ ਸਵਾਲਾਂ ਤੋਂ ਭੱਜ ਰਹੇ ਹੋ ਤੇ ਡਿਬੇਟ ਕਿਹਨਾਂ ਨਾਲ ਕਰ ਰਹੇ ਹੋ ਤਾਂ ਜੋ ਲੋਕਾਂ ਨੂੰ ਪਾਗਲ ਬਣਾਇਆ ਜਾ ਸਕੇ ਆ ਰਾਜੇ ਵੜਿੰਗਰ ਕੇ ਦਾ ਚੋਰ ਹੈ ਸੁਨੀਲ ਜੱਖੜ ਕੇ ਚੋਰ ਹੈ ਮਜੀਠੀਆਰ ਗਏ ਨੇ ਚਿੱਟਾ ਵੇਚਿਆ ਸਭ ਨੂੰ ਪਤਾ ਹੈ ਸੁਖਬੀਰ ਬਾਦਲਾਰ ਗਏ ਨੇ ਪੰਜਾਬ ਖਾ ਗਏ ਓਏ ਇਹ ਤਾਂ ਸਭ ਨੂੰ ਪਤਾ ਹੈ ਉਹਨਾਂ ਦੀ ਬੇਇੱਜ਼ਤੀ ਕਰਨ ਦੇ ਮਾਰੇ ਨੇ ਉਹਨਾਂ ਦੀਆਂ ਕੁਰਸੀਆਂ ਲਾਤੀਆਂ ਤੇ ਆਪਦਾ ਜਿਹੜਾ ਬਕਾਊ ਕੌਲੀ ਝੱਟ মিডিਆ ਉਹ ਵਸ ਇਹਦੇ ਤੇ ਕੈਮਰੇ ਲਾ ਦੂਗਾ ਪੰਜ ਸੱਤ ਗੱਲਾਂ ਚੁਰਕਲੇ ਛੱਡ ਕੇ ਆ ਜੂ ਬਸ ਵਾ ਵਾ ਜਿਹੜੇ ਬਾਕੀ ਮੁੱਦੇ ਨੇ ਐਸਬੀਐਲ ਦਾ ਮੁੱਦਾ ਲੋਕ ਭੁੱਲ ਜਾਣਗੇ ਜਿਹੜੇ ਬੇਅਦਬੀ ਦਾ ਮੁੱਦਾ ਹੈ ਉਹ ਭੁਲਾਉਣ ਨੂੰ ਫਿਰਦਾ ਇਹ ਜਿਹੜਾ ਚਿੱਟੇ ਦਾ ਮੁੱਦਾ ਉਹ ਭੁਲਾਉਣ ਨੂੰ ਫਿਰਦਾ ਸਾਡੇ ਬੰਦੀ ਸਿੰਘਾ ਦਾ ਜਿਹੜਾ ਮੁੱਦਾ ਮੋਰਚਾ ਲੱਗਾ ਉਹ ਭਲਾਉਣ ਨੂੰ ਫਿਰਦਾ ਉਹਦੇ ਪੱਲੇ ਕੀ ਆ ਯਾਰ ਪੱਲੇ ਕੀ ਖੱੱਚਾਂ ਨੂੰ ਪੋਦਾਂ ਅੱਜ ਖੱੱਚਾਂ ਬੋਲ ਹੀ ਨਹੀਂ ਰਹੀਆਂ ਅੱਜ ਖੱੱਚਾਂ ਕਿੱਧਰ ਗਈਆਂ ਖੱੱਚਾਂ ਨੂੰ ਕਹਿਣਾ ਮੈਂ ਦਿਓ ਜਵਾਬ ਜੇ ਜੁਰਤਾ ਤੁਸੀਂ ਕਹਨੇ ਹੋਨੇ ਲੱਖਾ ਤਾਂ ਉਹੀ ਫਿਰਦਾ ਐ ਕਰਦਾ ਬਾ ਫਿਰਦਾ ਫਿਰ ਦਿਓ ਜਵਾਬ ਅਗਲੇ ਦਾ ਹੁਣ ਅੱਜ ਕਿਉਂ ਪ੍ਰਸ਼ਾਸਨ ਭੇਜ ਕੇ ਘਰ ਦੇ ਵਿੱਚ ਘੇਰਾਬੰਦੀ ਕੀਤੀ ਐ ਕਿਉਂ ਨਾਜ਼ਰਬੰਦ ਕੀਤਾ ਬਈ ਦੱਸੋ ਲੋ ਵੀ ਸ਼ੇਅਰ ਕਰੀ ਚਲਿਓ ਵੀਡੀਓ ਨੂੰ ਮੈਂ ਇਹਨਾਂ ਦੀਆਂ ਕਰਤੂਤਾਂ ਦੱਸਣ ਲੱਗਿਆ ਜਿਹੜੇ ਆ ਖੋਤੀਨ ਕਲਾਬੀ ਪੰਜਾਬ 'ਚ ਰਾਜ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਕਿ ਚਿੱਟੇ ਦਾ ਮੁੱਦਾ ਕਿੱਡਾ ਵੱਡਾ ਦੱਸੋ ਇਹਦੇ ਕੋਲੇ ਕੋਈ ਜਵਾਬ ਹੈ ਭਗਵੰਤ ਮਾਨ ਕੋਲੇ ਉਸ ਤੋਂ ਬਾਅਦ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿੱਡਾ ਵੱਡਾ ਕਦੇ ਹਾਂ ਦਾ ਨਾਰਾ ਮਾਰਿਆ ਗੁਰੂ ਗ੍ਰੰਥ ਸਾਹਿਬ ਜੀ ਬੇਦਬੀ ਦਾ ਮੁੱਦਾ ਕਿੱਡਾ ਵੱਡਾ ਕੁਮਰੇ ਵਿਜੇ ਪ੍ਰਤਾਪ ਨੂੰ ਲਾਇਆ ਮੰਤਰੀ ਇਹਨੇ ਲਾ ਜਵਾਬ ਦਿਓ ਅੱਜ ਮੈਂ ਖੱਚਾਂ ਨੂੰ ਕਹਣਾ ਮੈਂ ਕਹਣਾ ਨੇ ਚਾਹੁੰਦਾ ਸੀ ਇਹ ਸ਼ਬਦ ਆ ਜਿਹੜੀਆਂ ਭੇਡਾਂ ਨੇ ਅੱਜ ਮੈਂ ਕਹਿ ਦੂੰ ਕਿਉਂਕਿ ਇਹ ਬੜਾ ਪਿੱਟਦੇ ਆਉਂਦੀਆਂ ਨੇ ਕਿਉਂਕਿ ਫੇਸਬੁੱਕ ਕੀ ਵਿਦਵਾਨ ਹੈ ਨਾ ਫੇਸਬੁੱਕ ਤੇ ਬੜਾ ਕੁਝ ਇਹ ਬੋਲਦੇ ਆ ਬੜਾ ਕੁਝ ਕਹਿੰਦੇ ਆ ਲਾ ਇਹ ਭੇਡਾਂ ਹੁਣ ਜਵਾਬ ਦੇਣ ਦਬਾਓਗਾ ਇਨਸਾਫ ਵਿਅਕਤੀ ਦਾ ਕਰੋ ਚਿੱਟਾ ਬੰਦਾ ਪ੍ਰੋਫੈਸਰ ਦਵਿੰਦਰਪਾਲ ਭੋਲਰ ਦੀ ਰਿਹਾਈ ਦਾ ਕੇਰੀਅਲ ਕਰ ਸਕਦਾ ਉਹ ਕਰਾ ਲਓ ਐਨੇ ਖੱਚ ਨੇ ਖੇਦਾ ਸਾਤ ਮਾੜਾ ਮੁੱਖ ਮੰਤਰੀ ਸਾਬਤ ਸਾਡੀ ਟੀਮ ਇਹ ਕਹਿ ਰਹੀ ਸੀ ਤੇ ਇਹ ਅੱਜ ਹੋ ਗਿਆ ਦੇ ਲੋਕਾਂ ਦੇ ਜਵਾਬ ਲੀਡਰਾਂ ਨਾਲ ਤਾਂ ਜਦੋਂ ਮਰਜੀ ਵੈਸ ਲੈ ਯਾਰ ਅਸੀਂ ਕਾਮ ਲੋਕਾਂ ਅਸੀਂ ਕਬੋਟਰ ਮੰਨਦੇ ਆ ਆਪਦੇ ਆਪ ਨੂੰ ਤੇ ਵੋਟਰਾਂ ਨੂੰ ਜਵਾਬ ਦੇਣਾ ਯਾਰ ਲੀਡਰਾਂ ਨੂੰ ਜਵਾਬ ਦੇ ਕੇ ਕੀ ਕਰਨਾ ਉਹਨਾਂ ਨੂੰ ਤੂੰ ਬੇਇੱਜ਼ਤੀ ਕਰਨੀ ਹੈ ਚਾਰ ਦਿਨ ਤੇਰੀਆਂ ਖੱਚਾਂ ਸ਼ੇਅਰ ਕਰੀ ਜਾਣਗੀਆਂ ਆ ਤੇਰੇ ਖਰੀਦਾ ਹੋਇਆ মিডিਆ ਬਕਾਊ মিডিਆ ਤੇਰੀਆਂ ਗੱਲਾਂ ਚਲਾਈ ਜਾਊਗਾ ਝੁੜਕਲੇ ਨੇ ਝੁੜਕਲਿਆ ਨਾਲ ਬਸ ਤੇਰਾ ਹਫਤਾ ਵਧੀਆ ਲੰਘ ਜਾਊਗਾ ਓਏ ਪੰਜਾਬ ਚ ਨੌਕਰੀਆਂ ਕਿੱਧਰ ਗਈਆਂ ਪੰਜਾਬ ਦੇ ਆਵਾ ਮਾਵਾਂ ਬਿਲਕਦਿਆਂ ਦੀਆਂ ਨਹੀਂ ਕੀ ਲੀਡਰਾਂ ਨਾਲ ਡਿਬੇਟ ਚੋਰਾ ਨਾਲ ਡਿਬੇਟ ਕਰਨ ਦੇ ਨਾਲ ਮਾਵਾਂ ਦੇ ਪੁੱਤ ਬਚ ਰਹਿਣਗੇ ਚਿੱਟਾ ਬੰਦ ਹੋ ਜਾਊਗਾ ਬੇਅਦਬੀ ਦਾ ਇਨਸਾਫ ਮਿਲ ਜਾਊਗਾ ਸਾਡੇ ਬੰਦੀ ਸਿੰਘ ਬਾਹਰ ਆ ਜਾਣਗੇ ਭੋਰਨੀਆਂ ਤਾਂ ਯਾਰ ਖੱਚਾ ਨੇ ਸਾਰੀਆਂ ਇਸ ਕਰਕੇ ਅੱਜ ਜੋ ਲੱਖੇ ਸਦਾਣੇ ਦੇ ਘਰ ਦੇ ਮੂਰੇ ਘੇਰਾਬੰਦੀ ਕੀਤੀ ਐ ਉਹ ਤੋਂ ਪਤਾ ਲੱਗ ਗਿਆ ਵੀ ਲੱਖਾ ਕੀ ਚੀਜ਼ ਐ ਐਨਾ ਡਰ ਯਾਰ ਐਨਾ ਡਰ ਲੱਖੇ ਤੋਂ ਕਿਉਂਕਿ ਲੱਖਾ ਪੰਜਾਬ ਦਾ ਉਹ ਇਨਸਾਨ ਐ ਜਿਹੜਾ ਪੰਜਾਬ ਦੇ ਲਈ ਮਰ ਮਿਟ ਸਕਦਾ ਤੇ ਤੁਸੀਂ ਉਹ ਜਿਹੜੇ ਚੁੜਕਲੇ ਛੱਡ ਕੇ ਸਰਕਾਰਾਂ ਬਣਾ ਲਈਆਂ ਤੇ ਅੱਜ ਫੇਰ ਚੁੜਕਲਿਆਂ ਨਾਲ 5 ਸਾਲ ਲੰਘਾਉਣ ਤੇ ਲੱਗੇ ਹੋਇਓ ਤੇ ਇਹੋ ਜਿਹੇ ਖੱਚਾ ਤੇਰੇ ਨਾਲ ਲੱਗੀਆਂ ਹੋਈਆਂ ਨੇ ਜੋ ਤੇਰੀਆਂ ਵੀਡੀਓ ਸ਼ੇਅਰ ਕਰਦੀਆਂ ਨੇ ਜੋ ਤੇਰੇ ਹੱਕ 'ਚ ਬੋਲਦੀਆਂ ਨੇ ਜਾਂ ਦੂਜੇ ਬੰਦੇ ਦੀ ਕਿਰਦਾਰਕੁਸ਼ੀ ਕਰਦੀਆਂ ਨੇ ਅੱਜ ਮੈਂ ਉਹਨਾਂ ਖੱਤਾਂ ਨੂੰ ਕਹਿਣਾ ਵੀ ਖੁੱਡਾਂ 'ਚੋਂ ਬਾਹਰ ਨਿਕਲੋ ਸ਼ੇਰ ਤਾਂ ਉਹ ਲਲਕਾਰੇ ਮਾਰਦਾ ਕਹੋ ਸੋਡੇ ਵਾਲਿਆਂ ਨੂੰ ਅਖੌਤੀ ਇਨਕਲਾਬੀ ਨੂੰ ਵੀ ਕੱਲੇ ਲਖੇ ਸਿਧਾਨੇ ਦੀ ਜਵਾਬ ਦੇ ਦੇ ਬਾਕੀਆਂ ਦਾ ਖੇੜਾ ਛੱਡ ਦੋ ਪਰ ਪੁਲਿਸ ਨੂੰ ਪੁਲਿਸ ਨਾਲ ਨਾਜ਼ਰਬੰਦ ਕਰਾਉਣ ਦੀ ਕੀ ਲੋੜ ਸੀ ਜੇ ਐਡੀ ਇਨਕਲਾਬੀ ਐਡੀ ਥਾਪੀਆਂ ਮਾਰਨ ਵਾਲਾ ਕਹਿੰਦਾ ਹੈ ਵੀ ਮੈਂ ਐਂ ਕਰ ਦੂੰ ਮੈਂ ਬਾਹ ਕਰ ਦੂੰ ਓਏ ਪੱਲੇ ਤੇਰੇ ਕੱਖ ਨਹੀਂ ਗੱਲਾਂ ਕਰਦਾ ਤੂੰ ਵੱਡੀਆਂ ਝੁੜਕਿਆਂ ਨਾਲ ਸਾਰਾ ਪੰਜਾਬ ਲੁੱਟ ਲਿਆ ਜਿਹੜੇ ਬੰਦੇ ਲੜ ਰਹੇ ਨੇ ਪੰਜਾਬੀ ਮਾਂ ਬੋਲੀ ਲਈ ਪਾਣੀਆਂ ਲਈ ਧਰਤੀ ਲਈ ਜਵਾਨੀ ਲਈ ਕਿਸਾਨੀ ਲਈ ਤੂੰ ਉਹਨਾਂ ਦੀਆਂ ਗੱਲਾਂ ਦੇ ਜਵਾਬ ਨਹੀਂ ਦੇ ਸਕਦਾ ਉਹਨਾਂ ਨੂੰ ਘਰਾਂ ਦੇ ਵਿੱਚ ਨਾਜ਼ਰਬੰਦ ਕਰਦਾ ਕਰਤੂਤਾਂ ਦੇਖ ਲੋ ਅਖੌਤੀ ਇਨਕਲਾਬੀ ਆ ਭਗਵੰਤ ਮਾਨ ਦੀਆਂ ਜਿਹੜਾ ਝੁੜਕਲਿਆਂ ਦੇ ਨਾਲ ਪੰਜਾਬ ਨੂੰ ਚਲਾ ਰਿਹਾ ਹੈ ਤੇ 91 ਤੱਕੂਗੂ ਨੇ 91 ਚੋਂ ਇੱਕ ਦੀ ਜ਼ਮੀਰ ਜਾਗੀ ਹੈ ਕੁਮਰ ਵਿਜੇ ਪ੍ਰਤਾਪ ਦੀ ਜਿਹੜਾ ਇੱਕ ਠੋਕ ਕੇ ਕਹਿ ਗਿਆ ਕਿ ਮੈਂ ਵਿਸ਼ਵਾਸ ਕੀਤਾ ਸੀ ਤੁਹਾਡੇ ਤੇ ਪਰ ਤੁਸੀਂ ਮੇਰਾ ਵਿਸ਼ਵਾਸ ਘਾਤ ਕੀਤਾ ਹੈ ਕੁਮਰ ਵਿਜੇ ਪ੍ਰਤਾਪ ਇਹਨਾਂ ਨੇ ਨਚਾਰ ਬੰਦੇ ਤਾਂ ਗਗਨ ਅਨਮੋਲ ਵਰਗੇ ਦਾ ਮੰਤਰੀ ਲਾਤੇ ਜਿਹੜੇ ਬੰਦੇ ਨੇ ਬੇਦਬੀ ਦਾ ਇਨਸਾਫ ਦੇਣਾ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਇਹਨਾਂ ਨੇ ਖੁੱਡੇ ਲਾਤੇ ਉਹ ਲੋਕੋ ਤੁਹਾਨੂੰ ਸਮਝ ਨਹੀਂ ਆਉਂਦਾ ਇਹ ਚੋਰ ਬੰਦਿਆਂ ਨਾਲ ਡਿਬੇਟ ਕਰੀ ਜਾਂਦਾ ਲੱਖੇ ਸਿਧਾਣੇ ਵਰਗਿਆਂ ਨੂੰ ਘਰ ਚ ਬਨਾਜਰ ਬੰਦ ਕਰਾਈ ਜਾਂਦਾ ਪ੍ਰਸ਼ਾਸਨ ਤੋਂ ਉਹਨੋਂ ਦੇ ਹਾਲੇ-ਦਾਲੇ ਪੁਲਸੀ ਪੁਲਸ ਖੜੀ ਐ ਦੱਸੋ ਬੰਦਾ ਡਿਬੇਟ ਕਰਨ ਕਿਵੇਂ ਜਾਊਗਾ ਬਈ ਇਹ ਤਾਂ ਕਹਿੰਦਾ ਸੀ ਖੁੱਲਾ ਸੱਦਾ ਵੇ ਖੁੱਲਾ ਸੱਦਾ ਐ ਫਿਰ ਲੱਖਾ ਵੀ ਇੱਕ ਪੰਜਾਬ ਦਾ ਵੋਟਰ ਐ ਅੱਜ ਦਾ ਮੁੱਖ ਧਾਰਾ ਦੇ ਵਿੱਚ ਐ ਚੋਣ ਵੀ ਲੜ ਚੁੱਕੇ ਐ ਦੇਣਾ ਜਵਾਬ ਕਿਉਂ ਡਰ ਲੱਗਦਾ ਫੁੱਫੜ ਤੋਂ ਦੱਸ ਦੱਸ ਆ ਖੱਚਾ ਦੱਸ ਦੇ ਨਾ ਆ ਜਿਹੜੀਆਂ ਇਹਦੇ ਮਗਰ ਪੈ ਪੈ ਆ ਭੇਡਾਂ ਮੈਂ ਮੈਂ ਕਰਦੀਆਂ ਫਰੀ ਜਾਂਦੀਆਂ ਹੁੰਦੀਆਂ ਨੇ ਉਹ ਦੱਸ ਦੇਣਾ ਅੱਜ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬਿਲਾ ਦਿੰਦਿਆ ਇਹ ਸੱਚੀਓ ਭੇਡਾਂ ਨੇ ਸੱਚੀਓ ਭੇਡਾਂ ਨੇ ਯਾਰ ਅੱਜ ਕਿਸੇ ਨੇ ਬੋਲਣਾ ਨਹੀਂ ਕੱਲ ਨੂੰ ਇਹ ਇਹ ਛੋਟਾ ਚੋਰ ਹੈ ਵੱਡੇ ਚੋਰਾਂ ਨੂੰ ਸਵਾਲ ਕਰੂਗਾ ਉਹਨਾਂ ਤੋਂ ਜਵਾਬ ਨਹੀਂ ਦਿੱਤੇ ਜਾਣੇ ਬਸ ਇਹਦੇ ਚੁਟਕਲੇ ਚੱਕ-ਚੱਕ ਕੇ ਮਹੀਨਾ ਉਹੀ ਸ਼ੇਅਰ ਕਰੀ ਜਾਣਗੀਆਂ ਲੈ ਲੱਗ ਜੂ ਪਤਾ ਖੱਚਾਂ ਦਾ ਵੀ ਕੱਲ ਤੋਂ ਲੱਗ ਜਾਣਗੀਆਂ ਜਿਹੜੀ ਸਭ ਤੋਂ ਵੱਡੀ ਖੱਚ ਉਹ ਸਭ ਤੋਂ ਵੱਧ ਸ਼ੇਅਰ ਕਰੂ ਅੱਜ ਕਿਉਂ ਨਹੀਂ ਆਵਾਜ਼ ਉਠਾਉਂਦੀ ਵੀ ਭਗੰਤ ਸਿੰਘਾ ਲਖਾ ਸੁਦਾਣਾ ਤਿਆਰੀ ਕਰੀ ਬੈਠਾ ਵੀ ਦੇ ਉਹਦੇ ਸਵਾਲਾਂ ਦੇ ਜਵਾਬ ਅੱਜ ਕਿਉਂ ਨਹੀਂ ਖੁੱਚਾਂ ਬੋਲਦੀਆਂ ਬਈ ਜਿਨ੍ਹਾਂ ਨੂੰ ਕਹਿੰਦੇ ਸੀ ਸਾਨੂੰ ਪੰਜਾਬ ਪਿਆਰਾ ਸਾਨੂੰ ਕੋਈ ਪਾਰਟੀ ਪੈਰੀ ਨਹੀਂ ਅਸੀਂ ਪੰਜਾਬ ਦੇ ਮਾਰੇ ਫਿਰਦੇ ਆਂ ਫਿਰ ਅੱਜ ਕਹੋ ਨਾ ਵੀ ਲੱਖੇ ਸਦਾਨ ਨੂੰ ਡਿਬੇਟ ਚ ਸ਼ਾਮਲ ਕਰ ਉਹ ਇੱਕ ਬੰਦੇ ਤੋਂ ਡਰ ਲੱਗਿਆ ਪਿਆ ਯਾਰ ਇੱਕ ਬੰਦੇ ਤੋਂ ਕਿਉਂ ਕਿ ਉਹ ਸੱਚੀ ਪੰਜਾਬ ਦਾ ਅਸਲੀ ਹਤੈਸੀ ਐ ਉਹ ਸੱਚਾ ਤੈਸੀ ਐ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਉਹ ਜਿਉਂਦੇ ਜੀ ਕਦਰ ਪਾਲਿਆ ਕਰੋ ਆ ਲੱਗ ਗਿਆ ਨਾ ਪਤਾ ਵੀ ਕਿੰਨਾ ਡਰਦੀ ਹੈ ਸਰਕਾਰ ਲੱਖੇ ਸਿਧਾਂਨੇ ਤੋਂ ਪਤਾ ਲੱਗ ਗਿਆ ਵੀ ਉਹ ਉਹ ਫੁੱਫੜ ਸਵਾਲ ਸਾਰੇ ਲਈ ਬੈਠਾ ਹੈ ਪਤਾ ਲੱਗ ਗਿਆ ਉਹ ਇਹਨੂੰ ਛੱਕੇ ਟੰਗ ਦੂਗਾ ਤਾਂ ਨਹੀਂ ਬੁਲਾਉਂਦੇ ਫਿਰ ਇਹਦੀ ਬੇਇਜ਼ਤੀ ਹੋਊਗੀ ਕਿਉਂਕਿ ਇਹਨੇ ਤਾਂ ਰਾਜੇ ਵਰਿੰਗਰਗਿਆਂ ਦੀ ਬੇਇਜ਼ਤੀ ਕਰਨੀ ਹੈ ਉਹ ਕਿੱਥੋਂ ਬੋਲਣਗੇ ਉਹ ਚੋਰ ਨੇ ਕਿਸੇ ਨੇ ਬਾਡੀਆਂ ਲਗਾ ਘਪਲਾ ਕਰਿਆ ਬੱਸਾਂ ਦਾ ਕਿਸੇ ਨੇ ਮਜੀਠੀ ਵਰਗੇ ਨੇ ਚਿੱਟਾ ਵੇਚਿਆ ਬਾਦਲ ਵਰਗੇ ਨੇ ਬੇਦਬੀਆਂ ਕਰਾਈਆਂ ਨੇ ਆ ਸੁਨੀਲ ਜੱਖੜ ਵਰਗੇ ਨੇ ਪਾਰਟੀਆਂ ਬਦਲੇ ਉਹ ਕਿੱਥੋਂ ਜਵਾਬ ਦੇ ਦੇਣਗੇ ਇਹਦੀਆਂ ਗੱਲਾਂ ਦਾ ਜਿਨੇ ਜਵਾਬ ਦੇਣਾ ਸੀ ਉਹ ਅੱਜ ਘਰੇ ਨਾજરਬੰਦ ਕਰਤਾ ਹੁਣ ਲੱਗ ਗਿਆ ਪਤਾ ਵੀ ਇਹ ਸਿਰਫ ਕਮੈਂਟ ਇਹ ਸਿਰਫ ਚੁੜਕਲੇ ਛੱਡਣ ਦੇ ਲਈ ਡਿਬੇਟ ਰੱਖੀ ਹੋਈ ਹੈ ਇਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੋਊ ਜਿਹੜਾ ਪੰਜਾਬ ਹਤੈਸੀ ਹੈ ਜਦ ਤਾ ਵਿਰੋਧ ਨਾਲ ਭੇੜਾ ਇੱਕ ਠੋਕ ਕੇ ਕਹਿੰਨਾ ਦੇਸ਼ ਵਾਲਾਂ ਦੇ ਜਵਾਬ ਐਨ ਰੜੇ ਮੈਦਾਨ ਦੇ ਵਿੱਚ ਲੋਕਾਂ ਦਾ ਕੱਟ ਕਰ ਲੈਣਾ ਇੱਕ ਪਾਸੇ ਲਖਵਾਈ ਬਹਿ ਜਾਊਗਾ ਇੱਕ ਪਾਸੇ ਤੂੰ ਬਹਿ ਜੀ ਜਿਹੜਾ ਸੱਚਾ ਹੋਊਗਾ ਨੇਤਰ ਜੂਗਾ ਲੋਕ ਦੱਸ ਦੇਣਗੇ ਵੀ ਕੌਣ ਸੱਚਾ ਕੌਣ ਝੂਠਾ ਹੈ ਲੱਗ ਜੂ ਪਤਾ ਫਿਰ ਮਾਤਾ ਐ ਉਹਨਾਂ ਖੱਤਾਂ ਨੂੰ ਪੋਦਾਂ ਓਏ ਇੰਨਾ ਡਰ ਲੱਖੇ ਸਿਧਾਣੇ ਦਾ ਇੰਨਾ ਡਰ ਜਰ ਜੀ ਉਹ ਸੱਚ ਬੋਲਦਾ ਤਾਂ ਡਰੇ ਬੈਠੇ ਹੋ ਜੇ ਪਤਾ ਵੀ ਉਹ ਤਿਆਰੀ ਕਰੀ ਬੈਠਾ ਹੈ ਇਹਨਾਂ ਤੋਂ ਜਵਾਬ ਨਹੀਂ ਆਉਣਾ ਇਹਨਾਂ ਤੋਂ ਜਵਾਬ ਨਹੀਂ ਆਉਣਾ ਕਿਵੇਂ ਦੇਣਗੇ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਕਿਵੇਂ ਦੇਣਗੇ ਜਵਾਬ ਰਾਗਵ ਚੱਡੇ ਦੇ ਵਿਆਹਾਂ ਤੇ ਲਾਏ ਪੈਸਿਆਂ ਦਾ ਕਿਵੇਂ ਦੇਣਗੇ ਜਵਾਬ ਹਰਿਆਣੇ ਨੂੰ ਪਾਣੀ ਦੇਣ ਤੇ ਸਬਈਏਲ ਦਾ ਕਿੱਥੋਂ ਦੇ ਦੇਣਗੇ ਜਵਾਬ ਇਹ ਆ ਚਿੱਟੇ ਦਾ ਚਿੱਟੇ ਨਾਲ ਮਰਦੀਆਂ ਮਾਵਾਂ ਦੇ ਪੁੱਤਾਂ ਦਾ ਹਿਸਾਬ ਕਿੱਥੋਂ ਦੇ ਦੇਣਗੇ ਝੋਟੇ ਵਰਗਿਆਂ ਤੇ ਝੂਠੇ ਪਰਚੇ ਪਾਏ ਹੋਏ ਨੇ ਕਿੱਥੋਂ ਦੇਣਗੇ ਜਵਾਬ ਇਹ ਖੱੱਚਾ ਕਿੱਥੋਂ ਦੇਣਗੀਆਂ ਜਵਾਬ ਦੱਸੋ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਸਾਹਮਣੇ ਆ ਗਿਆ ਡਿਬੇਟ ਨੂੰ ਜਿੰਨਾ ਮਰਜ਼ੀ ਸ਼ੇਅਰ ਕਰ ਲਿਓ ਇਹਨੇ ਚੋਰਾਂ ਨਾਲ ਅਰਦੀ ਬਸ ਭਗਾਈ ਮਾਰਨੀ ਉਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਲੱਗਦਾ ਸੀ ਵੀ ਇਹਨੂੰ ਸਵਾਲ ਕਰੂਗਾ ਇਹਦੇ ਸਵਾਲਾਂ ਦੇ ਜਵਾਬ ਵੀ ਦੇਊਗਾ ਤੇ ਇਹਦੀ ਬੇਇੱਜ਼ਤੀ ਹੋਊਗੀ ਉਹਨਾਂ ਉਹਨਾਂ ਦੇ ਘਰੇ ਪੁਲਿਸ ਲੱਗ ਜੂ ਅੱਜ ਰਾਤ ਨੂੰ ਕੱਲ ਨੂੰ ਪੰਜਾਬ ਹਤਾਸੀਆਂ ਨੂੰ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਜਾਊਗਾ ਤੇ ਆ ਜਿਹੜੇ ਚੋਰ ਨੇ ਆ ਹੁਣ ਆਲਾ ਚੋਰ ਖੋਤੀਨ ਕਲਾਬੀ ਤੇ ਪੁਰਾਣੇ ਚੋਰ ਆਪਸ ਦੇ ਵਿੱਚ ਭੇੜਨਗੇ ਆਪਸੇ ਵਿੱਚ ਗੱਲਾਂ ਕਰਨਗੇ ਤੇ ਆ ਖੋਤੀਨ ਕਲਾਬੀ ਚੁਟਕਲੇ ਛੱਡੂਗਾ ਤੇ ਚੁਟਕਲਿਆਂ ਨੂੰ ਆ ਭੇਡਾਂ ਸ਼ੇਅਰ ਕਰਨਗੀਆਂ ਬਕਾਊ মিডিਆ ਉਹ ਵੱਡੀ ਗੱਲ ਕਰਕੇ ਦਿਖਾਊਗਾ ਉਹ ਕੈਮਰਾ ਭਗਵੰਤਵਾਨ ਤੇ ਲਾਊਗਾ ਦੂਜੇ ਤੇ ਲਾਉਣਾ ਨਹੀਂ ਤੇ ਬਸ ਇਹਨਾਂ ਭੇਡਾਂ ਦਾ ਮਹੀਨਾ ਲੰਘ ਜਾਊਗਾ ਕਿਉਂਕਿ ਭੇਡਾਂ ਵਿਚਾਰੀਆਂ ਚੁੱਪ ਹੋਈਆਂ ਹੋਈਆਂ ਨੇ ਹੁਣ ਤਾਂ ਹੁਣ ਤਾਂ ਬਿਲਕੁਲ ਸ਼ਾਂਤ ਬੈਠੀਆਂ ਨੇ ਕਿਉਂਕਿ ਕੋਈ ਮੁੱਦਾ ਹੀ ਨਹੀਂ ਆਉਂਦਾ ਜੇ ਤਾਂ ਇਹਨਾਂ ਦਾ ਅਖੌਤੀ ਇਨਕਲਾਬੀ ਜੇ ਤਾਂ ਕੋਈ ਕੰਮ ਕਰੇ ਜਿਹੜਾ ਪੰਜਾਬ ਹਤੈਸੀ ਹੋਵੇ ਫਿਰ ਤਾਂ ਇਹ ਬੋਲਣ ਭੇਡਾਂ ਵਿਚਾਰੀਆਂ ਚੁੱਪ ਸੀ ਇਹਨਾਂ ਨੂੰ ਮਹੀਨੇ ਦਾ ਭੋਜਨ ਦੇਣਾ ਸੀ ਪਰ ਮੈਂ ਕਹਣਾ ਹੁਣ ਇਹ ਵੀ ਭੋਜਨ ਜਾਂਦਾ ਲੱਗਦਾ ਕਿਉਂਕਿ ਉਹ ਸਦਾਨੇ ਬੈਠਾ ਸ਼ੇਰ ਲਲਕਾਰੇ ਮਾਰ ਰਿਹਾ ਹੈ ਉਹ ਬੈਠਾ ਸਦਾਨੇ ਜਿਹੜੇ ਕਹਿੰਦੇ ਸੀ ਤਿੰਨਾ ਨਾ 13 ਚ ਜੇ ਤਿੰਨਾ 13 ਚ ਨਹੀਂ ਫਿਰ ਪ੍ਰਸ਼ਾਸਨ ਲਾਉਣ ਦੀ ਕੀ ਲੋੜ ਸੀ ਫਿਰ ਦਿਂਦੇ ਕੱਲ ਨੂੰ ਜਵਾਬ ਜਿਹੜਾ ਬੰਦਾ ਬੱਬਰ ਸ਼ੇਰ ਆ ਬੱਬਰ ਸ਼ੇਰ ਹੀ ਰਹੂਗਾ ਕਿਦੜ ਕਦੇ ਖੱਲਾ ਨੂੰ ਲਗਾ ਕੇ ਸ਼ੇਰ ਨਹੀਂ ਬਣਦੇ ਹੁੰਦੇ ਭਗੰਤ ਸਿੰਘ ਅੱਜ ਤੇਰੀ ਸਰਕਾਰ ਆ ਗਈ ਹੈ ਤੂੰ ਪਾਵਰ ਦੇ ਵਿੱਚ ਐ ਪਾਵਰ ਦਾ ਇਸਤੇਮਾਲ ਤੂੰ ਗਲਤ ਤਰੀਕੇ ਨਾਲ ਕਰ ਰਿਹਾ ਐ ਤੇਰੇ ਹੰਕਾਰ ਬੋਲਦਾ ਪਰ ਸਾਡੇ ਚ ਹੰਕਾਰ ਨਹੀਂ ਬਾਈ ਜੀ ਅਸੀਂ ਪੰਜਾਬ ਨਾਲ ਖੜੇ ਆਂ ਪੰਜਾਬ ਦੇ ਨਾਲ ਇੱਕ ਠੋਕੇ ਖੜੇ ਆਂ ਪੰਜਾਬ ਦੇ ਹੀ ਸਵਾਲ ਕਰਨੇ ਸੀ ਪੰਜਾਬ ਪ੍ਰਤੀ ਤੈਨੂੰ ਸਿਖੇਤ ਪੰਜਾਬ ਦੇ ਲੋਕਾਂ ਨੂੰ ਇਹ ਸੱਚ ਦਿਖਾਉਣਾ ਸੀ ਕਿ ਇਹ ਕਿੰਨਾ ਕੁ ਇਨਕਲਾਬੀ ਐ ਇਹ ਇਹ ਝੂਠ ਬੋਲ ਬੋਲ ਕੇ ਇਹ ਚੁਰਕਲੇ ਛੱਡ ਛੱਡ ਕੇ ਲੋਕਾਂ ਨੂੰ ਭਰਮਾ ਰਿਹਾ ਓਏ ਕੱਲ ਨੂੰ ਵੀ ਇਹ ਸਿਰਫ ਚੁਟਕਲਿਆਂ ਦੀ ਇੱਕ ਫਿਲਮ ਬਣਾ ਰਿਹਾ ਹੈ ਕਿਉਂਕਿ ਇਹਨੇ ਬੋਲਣਾ ਰਾਜੇ ਬੜਿੰਗਰ ਗਿਆ ਨੂੰ ਇਹਨੇ ਬੋਲਣਾ ਬਾਦਲਾ ਨੂੰ ਇਹਨੇ ਬੋਲਣਾ ਮਜੀਠੀਏ ਨੂੰ ਇਹਨੇ ਬੋਲਣਾ ਸੁਨੀਲ ਜਾਖੜ ਨੂੰ ਕਿਉਂਕਿ ਉਹ ਕੀ ਬੋਲਣਗੇ ਉਹਦਾ ਚੋਰ ਨੇ ਜਿਹੜਾ ਬੰਦਾ ਸੱਚਾ ਸੀ ਉਹ ਘਰੇ ਨਜ਼ਰ ਬੰਦ ਕਰਤਾ ਹੁਣ ਖੱਚਾਂ ਹੁਣ ਖੱਚਾਂ ਖੋਡਾਂ ਚ ਬੜੀਆਂ ਹੋਈਆਂ ਨੇ ਤੇ ਕੱਲ ਨੂੰ ਖੱਚਾਂ ਬਾਹਰ ਨਿਕਲਣਗੀਆਂ ਭਗਤਵਾਨ ਦੇ ਮੂੰਹ ਤੇ ਕੈਮਰਾ ਹੋਊਗਾ ਬਕਾਊ মিডিਏ ਦਾ ਤੇ ਫਿਰ ਉਹ ਚੁਟਕਲੇ ਛੱਡੂਗਾ ਹਿਸਾਬ ਦਿਓ ਚਿੱਟੇ ਦਾ ਉਹ ਪਹਿਲਾਂ ਚਿੱਟੇ ਦਾ ਕਿੰਨਾ ਕਿ ਹਿਸਾਬ ਮੰਗ ਲਿਆ ਤੇਰਾ ਕੇਜਰੀ ਵਾਲ ਪੈਰਾਂ 'ਚ ਲਟਕੇ ਗਿਆ ਇਸੇ ਮਜੀਠੀਏ ਦੇ ਇਸੇ ਮਜੀਠੀਏ ਦੇ ਪੈਰਾਂ 'ਚ ਲਟਕੇ ਗਿਆ ਤੁਹਾਡਾ ਜਿਹੜਾ ਹੱਕਾ ਸਮਝਦੇ ਜਿਹਨੂੰ ਤੁਸੀਂ ਸੁਪਰੀਮੋ ਸਮਝਦੇ ਹੋ ਤੁਸੀਂ ਕੀ ਕਰ ਲਓਗੇ ਉਹਨਾਂ ਦਾ ਜਦ ਤੱਕ ਜੇ ਜੁਰਤ ਹੈ ਨਾ ਤੂੰ ਕਹਿੰਦਾ ਸੀ ਮਹੀਨੇ ਇੱਕ ਮਹੀਨੇ ਦੇ ਵਿੱਚ ਸਾਰੇ ਅੰਦਰ ਹੋਣਗੇ ਅੰਦਰ ਕਰ ਆ ਸੱਦੇ ਕਿਉਂ ਦਿੰਨਾ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਜੇਲ੍ਹਾਂ 'ਚ ਭੇਜ ਤੂੰ ਜੇਲ੍ਹਾਂ 'ਚ ਉਹਨਾਂ ਨੂੰ ਭੇਜ ਰਿਹਾ ਜਿਹੜੇ ਪੰਜਾਬ ਬਚਾ ਰਹੇ ਨੇ ਛੋਟੇ ਅਰਗਿਆਂ ਨੂੰ ਲੱਖੇ ਸਿਧਾਣੇ ਅਰਗਿਆਂ ਨੂੰ ਭਾਈ ਅਮਰਤਪਾਲ ਸਿੰਘ ਖਾਲਸੇ ਅਰਗਿਆਂ ਨੂੰ ਐਨਐਸਏ ਤੈ ਲਾਤੀ ਓਏ ਅਮਰਤ ਛੱਕ ਛੱਕ ਕੇ ਦਾੜੇ ਰੱਖ ਰੱਖ ਕੇ ਇਸ ਖੋਤੀ ਇਨਕਲਾਬ ਦੇ ਹੁਣ ਵੀ ਚੱਪੜਾ ਚੜਦੇ ਲੋਕ ਹੁਣ ਵੀ ਦੇਖਿਆ ਮੈਂ ਓਏ ਓਏ ਨੌਜਵਾਨਾਂ ਨੂੰ ਡਿਬਰੂ ਘੜ ਬਿਠਾਤਾ ਓ ਇਸ ਇਸ ਭਗਵੰਤ ਮਾਨ ਨੇ ਤੇ ਆ ਸਾਡੇ ਸਿੱਖ ਅਜੇ ਵੀ ਇਹਦੀ ਮੈਥੋਂ ਹੁਣ ਯਾਰ ਬਹੁਤ ਕੁਝ ਨਿਕਲੀ ਜਾਂਦਾ ਜਜ਼ਬਾਤ ਜਜ਼ਬਾਤਾਂ ਦੇ ਕਾਬੂ ਰੱਖਣਾ ਪੈਂਦਾ ਪਰ ਮੈਂ ਖੱጫ ਨੂੰ ਚੈਲੰਜ ਕਰਦਾ ਕਿ ਖੋਲੋ ਸ਼ੇਰ ਨੂੰ ਸਿਧਾਣੇ ਬੈਠਾ ਖੋਲ ਦੋ ਸ਼ੇਰ ਨੂੰ ਤੇ ਸ਼ੇਰ ਕੱਲ ਨੂੰ ਆਊਗਾ ਫਿਰ ਤੁਹਾਡੀ ਡਿਬੇਟ ਦੇ ਵਿੱਚ ਫਿਰ ਲੱਗ ਜੂ ਪਤਾ ਕੌਣ ਗਿੱਦੜਾ ਹੈ ਕੌਣ ਸ਼ੇਰ ਹੈ ਕੱਲ ਨੂੰ ਕਲੀਅਰ ਹੋ ਜੂ ਬਿਠਾ ਲਿਓ ਲੋਕਾਂ ਦੇ ਵਿੱਚ ਇੱਕ ਪਾਸੇ ਲੱਖਾ ਸਿਧਾਣਾ ਤੇ ਇੱਕ ਪਾਸੇ ਆਹ ਅਖੋਤੀ ਇਨਕਲਾਬੀ ਤੁਹਾਡਾ ਮੁੱਖ ਮੰਤਰੀ ਲੱਗ ਜੂ ਪਤਾ ਫਿਰ ਕੱਲ ਨੂੰ ਇਸ ਕਰਕੇ ਬੇਨਤੀ ਹੈ ਬਾਈ ਕੋਈ ਵੀ ਪ੍ਰੋਗਰਾਮ ਲਿਕਾਂਗੇ ਤਾਂ ਸਨੇਹਾ ਭੇਜਾਂਗੇ ਤਾਂ ਬਾਈ ਜਰੂਰ ਇਕੱਠੇ ਹੋ ਜਿਓ ਕਿਉਂਕਿ ਇਹ ਯਾਰ ਬਾਈ ਲੱਖੇ ਸੁਨਾਣੇ ਤੇ ਝੂਠਾ ਪਰਚਾ ਵੀ ਪਾ ਸਕਦੇ ਆ ਇਹ ਕੁਝ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਡਾਰੀ ਉਹ ਬੰਦੇ ਤੋਂ ਆ ਇੱਕ ਤਾਂ ਇਹਨਾਂ ਨੇ ਜੇਲ੍ਹ ਭੇਜਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕਾਂ ਇਹਨਾਂ ਨੇ ਨਾਜ਼ਰਬੰਦ ਕਰ ਲਿਆ ਹੁਣ ਕਰ ਤੂੰ ਦੇਖ ਲੋ ਸਰਕਾਰ ਦੀ ਕਿੰਨੀ ਮਾੜੀ ਐ ਵੀ ਜਿਹੜੇ ਬੰਦੇ ਬੋਲਣ ਵਾਲੇ ਆ ਜਿਹੜੇ ਸੱਚੇ ਆ ਇੱਕ ਨੂੰ ਜੇਲ੍ਹ ਭੇਜਤਾ ਇੱਕ ਨੂੰ ਘਰ ਚ ਨਾਜ਼ਰਬੰਦ ਕਰਤਾ ਹੁਣ ਇਹਨਾਂ ਇਹਨਾਂ ਦੇ ਖੱਤਿਆਂ ਦੇ ਜਵਾਬ ਤਾਂ ਕੁਸਮਰਜੀ ਲਈ ਜਾ ਰਾਜੇ ਵੜਿੰਗਰ ਗਿਆ ਦੇ ਇਹ ਕੀ ਨੇ ਪੰਜਾਬ ਨੂੰ ਪਤਾ ਨਹੀਂ ਵੀ ਇਹ ਕੀ ਨੇ ਤੂੰ ਕੁਛ ਜਾਦੇ ਦੱਸੇਗਾ ਇਸ ਕਰਕੇ ਪੰਜਾਬ ਦੇ ਲੋਕੋ ਸਮਝੋ ਯਾਰ ਸਮਝੋ ਸ਼ੇਅਰ ਕਰ ਦਿਓ ਤੇ ਅਗਲੀ ਜਾਣਕਾਰੀ ਬਾਈ ਜਲਦੀ ਤੁਹਾਨੂੰ ਇਸੇ ਪੇਜ ਤੋਂ ਦੇਵਾਂਗੇ ਜੇ ਕੱਲ ਨੂੰ ਕੱਠ ਰੱਖਣਾ ਹੋਇਆ ਜਾਂ ਅੱਜ ਰੱਖਣਾ ਹੋਇਆ ਜੁੜੇ ਰਹੋ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਬਾਈ ਲੱਖੇ ਸਧਾਨੇ ਦੇ ਘਰੇ ਵਾਲੇ ਵਾਲੇ ਪੁਲਿਸ ਲਾਤੀ ਹੈ ਚੱਕਰ ਕੀ ਹੈ ਵੀ ਕੱਲ ਵਾਲੀ ਡਿਬੇਟ ਦੇ ਵਿੱਚ ਲੱਖਾ ਸਧਾਨਾ ਸ਼ਾਮਲ ਨਾ ਹੋ ਸਕੇ ਭਗਵੰਤ ਮਾਨ ਨੂੰ ਸਵਾਲ ਨਾ ਕਰ ਸਕੇ ਇਹ ਹੀ ਬੇਨਤੀਆਂ ਸੀ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ